ਲਓ ਵੀ ਦੋਸਤੋ ਆਪਣਾ ਜਿਹੜਾ ਬੈਸਟ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ ਹੁਸ਼ਿਆਰਪੁਰ ਦੇ ਟਾਂਡਾ ਰਾਮ ਸਾਹਿਬ ਦਾ ਟੂਰਨਾਮੈਂਟ ਆ। ਤੁਹਾਨੂੰ ਦੱਸੀਏ ਕਿ ਟੂਰਨਾਮੈਂਟ ਜਿਹੜਾ 28 ਨਵੰਬਰ 2021 ਨੂੰ ਕਰਵਾਇਆ ਗਿਆ। ਤੁਹਾਨੂੰ ਦੱਸੀਏ ਕਿ ਇੱਕ ਪਾਸੇ ਜਿਹੜੀ ਹੈ BOP ਨਵਾਂਸ਼ਹਿਰ ਦੀ ਟੀਮ ਖੇਡ ਰਹੀ ਸੀ ਔਰ ਦੂਸਰੇ ਪਾਸੇ ਜਿਹੜੀ ਹੈ ਭਗਵਾਨਪੁਰ ਦੀ ਟੀਮ ਖੇਡ ਰਹੀ ਸੀ। ਤੁਸੀਂ ਇਸ ਮੈਚ ਨੂੰ ਇੰਜੋਏ ਕਰੋ ਵਧੀਆ। ਤੁਹਾਨੂੰ ਇੱਕ ਚੀਜ਼ ਦੱਸ ਦਈਏ ਕਿ ਮੈਚ ਜਿਹੜਾ ਫਾਈਨਲ ਮੈਚ ਹੈ ਜਿਹਦੇ ਵਿੱਚ ਜਿੱਤਣ ਵਾਲੀ ਟੀਮ ਦੇ ਲਈ 1 ਲੱਖ ਰੁਪਏ ਦਾ ਇਨਾਮ ਹੋਊਗਾ, ਦੂਸਰੇ ਨੰਬਰ 'ਤੇ ਰਹਿਣ ਵਾਲੀ ਟੀਮ ਲਈ 75,000 ਰੁਪਏ ਦਾ ਇਨਾਮ ਹੋਣਾ, ਬੈਸਟ ਰੇਟਰ ਹੋਣਗੇ ਉਹਨਾਂ ਦੇ ਲਈ 21,000 ਹੋਣਾ। ਦੇਖਾਂਗੇ ਕਿਹੜੀ ਟੀਮ ਇਸ ਮੈਚ ਨੂੰ ਜਿੱਤਦੀ ਹੈ ਅਤੇ ਕਿਹੜੇ ਉਹ ਖਿਡਾਰੀ ਹੋਣਗੇ ਜਿਹਨਾਂ ਨੂੰ ਬੈਸਟ ਵਾਲਾ ਇਨਾਮ ਜਿਹੜਾ ਉਹ ਮਿਲਦਾ। ਇੰਜੋਏ ਕਰੋ ਇਸ ਮੈਚ ਨੂੰ। ਆਹ ਸ਼ੰਕਰ ਆ ਗਿਆ ਸੰਧਵਾ ਵਾਲਾ, ਹੁਣ ਵੇਖਣਾ ਵੀ ਜਹਾਜ਼ ਉੱਡਦਾ ਐ ਤੇ ਗੱਲ ਵੱਖਰੀ ਬਣਦੀ ਕਿ ਨਹੀਂ। ਆਹ ਪਹਿਲੀ ਰੇਡ ਜੱਟ ਭਗਵਾਨਪੁਰੀਏ ਤੇ ਦੂਸਰੇ ਪਾਸੇ ਪਿਓ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਹੈ। ਫਾਈਨਲ ਮੈਚ ਟੱਕਰ 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 ਨੰਬਰ ਸ਼ੰਕਰ ਦਾ 9,000 ਦੀ ਪਹਿਲੀ ਰੇਡ ਸਫਲ ਹੈ। ਆ ਵੀ 9,000 ਦੀ ਰੇਡ ਅਮਰੀਕ ਕਰ ਦੇਗਾ। ਸਾਹਮਣੇ ਕਹਿੰਦੇ 9,000 ਦੀ ਰੇਡ ਆ ਮੇਰੇ ਮਿੱਤਰੋ, ਇਹ ਪਰ 11,000 ਦੀ ਹੈ, ਇਹਦੀ ਰੇਡ 11 ਦੀ ਹੈ ਕਿਉਂਕਿ 2,000 ਮਨੀ ਕੈਨੇਡਾ ਦੇ ਗਿਆ ਮੇਰੇ ਮਿੱਤਰੋ। ਇਹ ਪਰ ਕਹਿੰਦੇ 30 ਰੇਡ ਪਾ ਰਿਹਾ ਉਹ ਬੱਲੇ ਬੱਲੇ। ਆਹ ਜੱਟ ਕਹਿੰਦੇ ਭਗਵਾਨਪੁਰੀਏ ਅੱਜ ਜਗਾ ਹੋਇਆ ਕਮਲ ਤੇ ਮਨਜੋਤ ਦੀ ਟੀਮ ਹੈ। ਲਓ ਜਾਮਾ ਰਹਿ ਵਾਲਾ ਇਸ ਲਈ ਕਹਿੰਦੇ ਰੇਸ਼ਮ ਹੈ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਆਹੋ ਚਾਰ ਜਾਫੀਆਂ ਵਿੱਚੋਂ ਕਿਹੜਾ ਖਿਡਾਰੀ ਹੁਣ ਬੱਲੇ ਬੱਲੇ ਕਰਾਵੇਗਾ? ਇੱਕ ਕੰਨੀ ਨੌਜਵਾਨ ਕਹਿੰਦੇ ਪਿੰਡੂ ਲੱਗਿਆ ਹੋਇਆ, ਦੂਸਰੀ ਕੰਨੀ ਲੱਖਾਂ ਚੀਮਿਆਂ ਵਾਲਾ ਪਤਕਾਰ ਮਾਧੋਪੁਰੀ ਹੈ। ਆਹੋ ਸਾਹਮਣੇ ਕੋਸ਼ਿਸ਼ ਕੀਤੀ ਹੋਈ ਹੈ ਤੇ ਨੰਬਰ ਧਾਵੀ ਦਾ ਅਗਲੀ ਰੇਡ ਢੋਲੇ ਦੀ ਅਮਰੀਕ ਕਰ ਦੇਗਾ। ਆਹੋ ਸਾਹਮਣੇ ਕਹਿੰਦੇ ਢੋਲੇ ਦੀ ਰੇਡ ਪੈ ਰਹੀ ਹੈ ਮੇਰੇ ਮਿੱਤਰੋ, ਇਹ ਪਰ ਕਹਿੰਦੇ ਭੂਮਾ ਪਿੰਡ ਹੈ ਮੁੰਡੇ ਦਾ। ਚਾਰ ਜਾਫੀ ਆਓ ਤਿਆਰ ਬਰ ਤਿਆਰ ਨੇ, ਡੱਗੁਰ ਵਾਲੇ ਵਾਲਾ ਸ਼ਰਨ ਆਇਆ ਹੋਇਆ ਨਾਲ ਕਿਵੇਂ ਰਵੀ ਹੈ ਜਿਹਦਾ ਸਾਹੋ ਕੇ ਪਿੰਡ ਹੈ। ਆਓ ਗੁੱਗੂ ਗਿੱਲ ਦੀ ਟੀਮ ਕਹਿੰਦੇ ਉਹ ਚੋਟੀ ਦੀ ਟੀਮ ਹੈ ਮੇਰੇ ਮਿੱਤਰੋ, ਉਹ ਭਗਵਾਨਪੁਰੀਏ ਜੱਟ ਕਹਿੰਦੇ ਆਏ ਹੋਏ ਹੈ। ਇਹ ਪਰ ਪੈਂਦੀਆਂ ਰੇਡਾਂ ਲੱਗਦੇ ਜੱਫੇ ਭਲੂਰ ਪਿੰਡ ਦੇ ਕਹਿੰਦੇ ਮੇਜਰ ਸਿੰਘ ਬਰਾੜ ਦੀ ਟੀਮ ਹੈ, ਕਮਲ ਤੇ ਮਨਜੋਤ ਹੈ ਉੱਧਰ ਕਹਿੰਦੇ ਵਿਸ਼ਾਲ ਤੇ ਬੱਬੂ, ਕਾਸ਼ਤੀਵਾਲ ਪਿੰਡ ਹੈ ਕਹਿੰਦੇ ਮਿੰਟੂ ਦਾ। ਢੋਲੇ ਦੀ ਉਂਗਲ ਖੜੀ ਹੈ ਮੌੜਾ ਵਾਲਾ ਭਲਵਾਨ, ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਲੈ ਵੀ ਸਾਊਂਡ ਵਾਲਿਆ ਖੋਲ ਲੈ ਜੇ ਨਹੀਂ ਖੋਲਦੀ ਹੈ। ਆਹ ਫਾਈਨਲ ਮੈਚ ਹੈ, ਆਹ ਫਾਈਨਲ ਮੈਚ ਹੈ ਬਾਬਾ ਗੋਵਰਧਨ ਸਿੰਘ ਜੀ ਉਹਨਾਂ ਵੱਲੋਂ ਭਲਵਾਨ ਦੀਆਂ 3 ਰੇਡਾਂ ਤੇ 3,000 ਲਾ ਗੁਰਦਾਸ ਬਾਕੀਪੁਰੀ ਹੈ ਤੇ 3,000 ਰਮਨ ਇਟਲੀ ਵਾਲੇ ਵੱਲੋਂ ਭਲਵਾਨ ਦੀਆਂ 3 ਰੇਡਾਂ 6,000 ਦੀਆਂ ਅਮਨ ਕਰਗਲ ਵੀ ਸਾਹਮਣੇ ਇਸ ਵੇਲੇ ਪਈ ਹੋਈ ਰੇਡ ਹੈ। ਸਾਹੋ ਕੇ ਪਿੰਡ ਹੈ ਧੌਲਾ ਬਾਲੀਆਂ ਮਾਰਦਾ ਹੈ, ਆਹ ਖਰੇ ਖਰੇ ਠਾਰਦਾ ਹੈ ਰਵੀ ਇਸ ਵੇਲੇ ਬੱਲੇ ਬੱਲੇ ਕਰਵਾ ਗਿਆ। ਆਹ ਭਗਵਾਨਪੁਰ ਦੀ ਟੀਮ ਲਈ ਬੱਲੇ ਬੱਲੇ ਕਰਵਾ ਗਿਆ ਰਾਜੇ ਸੰਗੇ ਨੂੰ ਮਾਣ ਹੈ। ਦੁੱਬਲੀ ਵਾਲਾ ਭੀਮ ਆ ਗਿਆ, ਆਹ ਦੁੱਬਲੀ ਵਾਲਾ ਭੀਮ ਕਬੱਡੀ ਪਾ ਰਿਹਾ ਸਾਹਮਣੇ। ਚਾਰ ਜਾਫੀ ਤਿਆਰ ਨੇ, ਹਲਕਾ ਟੱਚ ਕਰਕੇ ਕਹਿੰਦੇ ਇਸ ਵੇਲੇ ਭੀਮ ਨੰਬਰ ਲੈ ਗਿਆ। ਲੈ ਵੀ ਅਮਨ ਐਨ ਸਿਰੇ ਦਾ ਫਾਈਨਲ ਹੈ, ਇਸ ਵੇਲੇ ਕਹਿੰਦੇ
ਕੰਬੂ ਭਲਵਾਨ ਦਾ ਪੁੱਤਰ ਕਬੱਡੀ ਪਾ ਰਿਹਾ ਤੇ ਅਮਰੀ ਗੱਲ ਕਰ ਰਿਹਾ। ਆਓ ਸਾਹਮਣੇ ਕਹਿੰਦੇ ਅਜੇ ਰੇਡ ਪਾ ਰਿਹਾ ਇਹ ਕਹਿੰਦੇ ਕੰਬੂ ਭਲਵਾਨ ਦਾ ਮੁੰਡਾ ਮੇਰੇ ਮਿੱਤਰੋ ਜਿਹੜਾ ਹੁਣ ਚੱਲਿਆ। ਆਓ ਰੇਡ ਪੈਂਦੀ ਹੈ ਦੁਨੀਆ ਵਹਿੰਦੀ ਹੈ ਬਾਬਾ ਗੋਵਰਧਨ ਸਿੰਘ ਜੀ ਮਹਿੰਦੀਪੁਰ ਪਿੰਡ ਦੀ ਗੱਲ ਆਓ ਦੁਨੀਆ ਦੇ ਵਿੱਚ ਛਿੜੀ ਹੋਈ ਹੈ। ਪੇਪਰ ਕਹਿੰਦੇ ਰੇਡਾਂ ਪੈਂਦੀਆਂ ਉੱਧਰ ਜੱਫੇ ਲੱਗਦੇ ਆ ਓਏ ਸ਼ੰਕਰ ਦੀ ਦੂਜੀ ਲੋਪੋ ਵਾਲਿਆ 9000 ਦੀ ਹੈ 9000 ਸ਼ੰਕਰ ਹੈ ਅਮਰ ਯੂਐਸਏ ਸਿੰਮਾ ਯੂਐਸਏ ਤੇ ਬੱਬੂ ਸਵਿਟਜ਼ਰਲੈਂਡ ਵਾਲੇ ਵੀਰ ਵੱਲੋਂ ਆਹ ਮਾਇਆ ਲੱਗੀ ਹੋਈ ਹੈ ਪਈ ਹੋਈ ਇਸ ਲਈ ਰੇਡ ਚਾਰ ਜਾਫੀ ਤਿਆਰ ਨੇ। ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਉਂਦਾ ਹੈ ਟਾਂਡਾ ਰਾਮ ਸਾਹਿਬ ਦੀ ਧਰਤੀ ਮਕੇਰੀਆ ਹੁਸ਼ਿਆਰਪੁਰ ਦਾ ਇਲਾਕਾ ਹੈ ਸੇਠੀ ਸਪੇਨ ਵੱਲੋਂ 10000 ਜਾਫੀ ਦੇ ਲਈ ਤੇ 9000 ਰੁਪਇਆ ਮੰਜੂ ਐਸ ਕੇ ਸਵਾਲ ਕਰ ਦਿੱਤਾ ਇਹ ਮੁੰਡੇ ਵਧੀਆ ਲੱਗੇ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਬੱਲੇ ਬੱਲੇ ਜੰਡ ਜੀ 20000 ਰੁਪਇਆ ਪਹਿਲੇ ਜੱਫੇ ਦਾ ਨਾਮ ਮਿਲ ਗਿਆ। ਆਓ ਸਾਹਮਣੇ ਇਸ ਲਈ ਰੇਸ਼ਮ ਕਬੱਡੀ ਪਾ ਰਿਹਾ ਖੋਸਿਆ ਆ ਜਾ ਉੱਥੇ ਹੀ ਉਧਰ ਭਲਵਾਨ ਦੀ ਗੌਡੀ 6000 ਦੀ ਹੈ ਪਰ ਇਹ ਕਿਵੇਂ ਰੇਸ਼ਮ ਹੈ ਜਿਹੜਾ ਜਾਮਾ ਰਾਏ ਪਿੰਡ ਹੈ ਉਹ ਟਰਾਈ ਜੀਪੀ ਮੁੰਡੇ ਨੇ ਲੱਗਦਾ ਜੋ ਗੁਲਿਆਰੀ ਹੈ ਮੇਰੇ ਵੀਰੋ ਇਹ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਆ ਢੋਲਾ ਆ ਸਾਹੋ ਗਿਆਲਾ ਫੇਰ ਇੱਕ ਵਾਰ ਫੇਰ ਰਵੀ ਆਓ 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 ਬੱਲੇ 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 ਆਓ ਬੱਲੇ 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 ਆਓ ਬੱਲੇ 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 ਆ ਢੋਲਾ ਵੇਲਾ ਫੜ ਗਿਆ ਮੇਰੇ ਮਿੱਤਰੋ ਇਹ ਫੜ ਗਿਆ ਕਿ ਬਣਾਤਾ ਸਾਹਮਣੇ ਆ 6000 ਦੀ ਰੇਡ ਹੈ ਵੀਰੇ ਪਿਆਰ ਨਾਲ 3000 ਮਹਿੰਦੀਪੁਰ ਵਾਲੇ ਬਾਬਾ ਜੀ ਤੇ 3000 ਰਮਨ ਇਟਲੀ ਵਾਲੇ ਵੱਲੋਂ 6000 ਪੁੱਜਦਾ ਕਰ ਦੋ 'ਚਨਾਂ ਵਾਲੀ ਮਸ਼ੀਨ ਕਹਿੰਦੇ ਆ ਆਹ ਸਾਹਮਣੇ ਬੋਲਿਆ ਹੋਇਆ ਧਾਵਾ ਡੱਗੋ ਵਾਲਾ ਟੁੱਟ ਕੇ ਪੈ ਗਿਆ ਆਹੋ ਸਵਾਦ ਕਬੱਡੀ ਦਾ ਬੱਲੇ ਬੱਲੇ ਹੋਈ ਪਈ ਹੈ ਉਹ ਦਰਸ਼ਕ ਵੀਰੋ ਜੇ ਮੈਚ ਵਧੀਆ ਲੱਗਦਾ ਇੱਕ ਲਲਕਾਰੋ ਆਹ ਗੋਵਿੰਦਾ ਕਹਿੰਦੇ ਮਕੇਰੀਆ ਇਲਾਕਾ ਸਾਰਾ ਹੈ ਆਹ ਕਬੱਡੀ ਪੈ ਗਈ ਅਮਰੀਕਾ ਜਾ ਉੱਥੇ ਹੀ ਅਮਰ ਕਰੀ ਗੱਲ ਵੱਡੇ ਬਾਈ ਲਾ ਬੇਨਤੀ ਹੈ ਵੀ ਅਮਰੀਕ ਨੂੰ ਜ਼ਿਆਦਾ ਦਸਤਾਰ ਬਣਾ ਕਰੋ ਭਰਾ ਬਣ ਕੇ
ਆ ਦੁਬਲੀ ਵਾਲਾ ਭੀਮ ਇਸ ਵੇਲੇ ਵੱਡੀ ਭੌਣ ਦੇ ਲਈ ਵਾਧਿਆ ਹੋਇਆ ਹੈ। ਚਾਰ ਜਾਫੀਆਂ ਵਿੱਚੋਂ ਕਿਹੜਾ ਖਿਡਾਰੀ ਲੱਖਾਂ ਚੀਮਿਆਂ ਵਾਲਾ ਆਹ ਸਾਹਮਣੇ ਗੁਲਿਆਰੀ ਦੀ ਕੋਸ਼ਿਸ਼ ਅਮਰ ਸਿੰਘ ਜੀ ਸਰਦਾਰ ਅਮਰ ਸਿੰਘ ਜੀ ਲਾਹੌਰੀਆ ਐਸਪੀ ਨਿਊਜ਼ੀਲੈਂਡ ਉਹਨਾਂ ਵੱਲੋਂ 1.5 ਲੱਖ ਇਧਰ ਕਹਿੰਦੇ ਬਾਈ ਕਹਿੰਦੇ ਵੀ ਆਹ 500 ਰੁਪਈਆ ਬਸ ਆਏ ਕਹਿੰਦੇ ਵੀ ਐ ਪਤਾ ਨੀ ਕਿਹਦੇ ਵੱਲੋਂ ਹੈ ਵੀ ਕਾਲੇ ਦੇ ਮੇਲੇ ਅੱਗੋਂ ਕਹਿੰਦੇ ਐ ਪਤਾ ਨੀ ਕਿਹਦੇ ਵੱਲੋਂ ਹੈ 500 ਰੁਪਈਆ ਲੈ ਵੀ ਕਾਲਿਆ ਦੁਨੀਆ ਮੰਨ ਗਈ ਉਦਣ ਆਹੋ ਸਾਹਮਣੇ ਅਗਲੀ ਰੇਡ ਸ਼ਾਸਤਰ ਭਾ ਰਿਹਾ ਇਧਰ ਵੀਰ ਆ ਗਿਆ ਗੁੱਟੀਆਂ ਲੈ ਕੇ ਸ਼ਾਸਤਰ ਦੀਆਂ 3 ਰੇਡਾਂ ਤੇ ਬਾਬਾ ਗੋਬਰਜਨ ਸਿੰਘ ਜੀ ਮਹਿੰਦੀਪੁਰ ਵਾਲੇ ਬਾਬਾ ਜੀ ਵੱਲੋਂ 1500 ਸ਼ੰਕਰ ਦੀਆਂ 3 ਰੇਡਾਂ ਤੇ 2000 ਬਣੀ ਕੈਨੇਡਾ ਵਾਲੇ ਵੱਲੋਂ ਪਾਵੋ ਇਹ 500 ਗੱਡ 4000 ਹੋ ਗਿਆ ਅਮਰ ਕਰ ਗੱਲ ਭੰਗੜੇ ਕਬੱਡੀ ਟਾਂਡਾ ਰਾਮ ਸਹਾਈ ਵੱਡਾ ਮੇਲਾ ਆਓ ਸਾਹਮਣੇ ਕਮਾਲ ਹੁੰਦੀ ਹੋਈ ਲਓ ਇਸ ਵੇਲੇ ਅਜੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅਜੇ ਕਬੱਡੀ ਪਾ ਰਿਹਾ ਆਓ ਚਾਰ ਜਾਫੀ ਤਿਆਰ ਨੇ ਆਓ ਚੱਕੀ ਐ ਨੀ ਸਰਨਾ ਪੈਣਾ ਕੁਝ ਕਰਨਾ ਗੱਗੂ ਗਿੱਲ ਕਹਿੰਦਾ ਤੈਨੂੰ ਦੇਣੀ ਹੈ ਵਰਨਾ ਆ ਵਰਨਾ ਲੈਣੀ ਹੈ ਆਓ ਸਾਹਮਣੇ ਕਬੱਡੀ ਇਸ ਵੇਲੇ ਕਹਿੰਦੇ ਜਾਮਾ ਰਾਏ ਵਾਲੀ ਵੀ ਪੈ ਗਈ ਹੈ ਅਮਰੀਕ ਕਰ ਦੇਗਾ ਲਈ ਯਾਰ ਆਓ ਸਾਹਮਣੇ ਕਹਿੰਦੇ ਇਸ ਵੇਲੇ ਰੇਡ ਰੇਸ਼ਮ ਦੀ ਪੈਂਦੀ ਹੈ ਸੰਤ ਬਾਬਾ ਬਾਬਾ ਗੋਬਰਜਨ ਸਿੰਘ ਜੀ ਮਹਿੰਦੀਪੁਰ ਵਾਲੇ ਜਿਹਨਾਂ ਦਾ ਮਹਿੰਦੀਪੁਰ ਪਿੰਡ ਹੈ ਵੱਡੇ ਪਿਆਰ ਨੇ ਮਹਾਂਪੁਰਸ਼ਾਂ ਵੱਲੋਂ ਆਓ ਰੇਡਾਂ ਦੇ ਜੱਫੇ ਦੇ ਉੱਪਰ ਨੋਟਾਂ ਦਾ ਵੀ ਪੈਂਦਾ ਮੇਰੇ ਮਿੱਤਰੋ ਪੇਪਰ ਕਹਿੰਦੇ ਰੇਸ਼ਮ ਜਾਮਾ ਰਾਏ ਵਾਲਾ ਟੀਮ ਦੀ ਆ ਰੇਡ 5000 ਦੀ ਪੱਪਾ ਅਮਰੀਕਾ ਵਾਲਾ ਪੱਪਾ USA ਵਾਲਾ ਆ ਰੇਡ 5000 ਦੀ ਹੈ ਆ ਪੱਪੇ ਅਮਰੀਕਾ ਵਾਲੇ ਵੱਲੋਂ ਹੈ ਆ ਦੁਬਰਗੀ ਵਾਲੇ ਦੀ ਪਈ ਹੋਈ ਰੇਡ ਚੱਕੀ 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 ਜਾਂਦਾ ਫੱਟੇ ਚੱਕੀ 5000 ਦੁਬਰਗੀ ਵਾਲੇ ਨੇ ਨਾ ਹੋ ਗਿਆ ਕਮਲਜੀਤ ਜੀ ਆਓ ਲੈ ਲਿਓ ਮੈਂ 5000 ਰੁਪਈਆ ਹੈਲੀ ਰੇਡ ਪ੍ਰਭਾਤ ਦੀ ਅਮਰੀਕ ਕਰ ਦੇ ਗੱਲ ਆਓ ਸਾਹਮਣੇ ਕਿਹੜੇ ਪ੍ਰਭਾਤ ਕਬੱਡੀ ਪਾ ਰਿਹਾ ਹੈ ਵੀਰੇ ਨਾਲ ਦੀ ਨਾਲ ਪੈਸੇ ਫੜੀ ਜਾਇਓ ਭਰਾ ਵੜ ਕੇ ਨਾਲ ਦੀ ਨਾਲ ਪੈਸੇ ਫੜੀ ਜਾਇਓ ਲਓ ਕਿਵੇਂ ਮਾਉਂਟ ਨਾਭਾ ਪਿੰਡ ਹੈ ਜਿਵੇਂ ਬਰਨਾਲੇ ਤੋਂ ਚੱਲ ਕੇ ਆਇਆ ਐਵੇਂ ਅੱਜ ਚੋਟੀ ਚੋਟੀ ਨੇ ਫੜਿਆ ਇਹ ਕਿਵੇਂ ਪਿੰਦੂ ਸੀਚੇ ਵਾਲੀਆ ਦਰਵਿਕਨ ਪਈ ਹੋਈ ਟੱਕਰ ਹੈ ਆ ਫਰੀਦਕੋਟੀਆ ਅੰਮ੍ਰਿਤਸਰੀਆ ਤਗੜਾ ਨੰਬਰ ਨੌਜਵਾਨ ਜੋੜਦਾ ਹੋਇਆ ਭੀਮ ਚੱਲਿਆ ਮਰੀ ਕਰ ਦੇ ਗੱਲ ਆਓ ਸਾਹਮਣੇ ਕਹਿੰਦੇ ਭੀਮ ਚੱਲਿਆ ਮੇਰੇ ਮਿੱਤਰ ਆਓ ਕਹਿੰਦੇ ਭੀਮ ਦੀ ਰੇਡ ਪੈਂਦੀ ਹੈ ਰਾਜਾ ਸਿੰਘ ਤਨੂਲੀ ਪਿੰਡ ਵਾਲਾ ਆਓ ਪੁੱਤਾਂ ਤੋਂ ਸਭ ਪਿਆਰ ਕਰਦਾ ਮੁੰਡੇ ਨੂੰ ਇਹ ਪਰ ਕਹਿੰਦੇ ਤੁਬਲੀ ਵਾਲਾ ਰੇਡ ਪਾ ਰਿਹਾ
ਚਾਰ ਕਹਿੰਦੇ ਤਿਆਰ ਨੇ ਮੇਰੇ ਮਿੱਤਰੋ, ਪੱਟਾਂ ਤੇ ਥਾਪੀਆਂ ਵੱਜਦੀਆਂ। ਉਧਰ ਕਹਿੰਦੇ ਪਿੰਕੂ ਸਾਡਾ ਭਰਾ, ਆਓ ਕਹਿੰਦੇ ਐਲਾਨ ਕਰਤਾ ਉਹਨੇ ਵੀ ਪੱਟੇ ਮਾਣ ਅਗਲੇ ਸਾਲ ਦਿੱਤੇ ਜਾਣਗੇ। ਮੋਨੂ ਵੀਰੇ ਨੂੰ ਆਖਿਆ ਵੀ ਅਗਲੇ ਸਾਲ, ਪਿੰਕੂ ਕਹਿੰਦਾ ਚਿੱਪ ਕੱਢ ਦਾਂਗੇ, ਚਿੱਪ ਕੱਢ ਦਾਂਗੇ। ਰੇਡ ਪੈ ਗਈ ਅਮਰ, ਤਬੁਰਜੀ ਵਾਲਾ ਐਕਸ਼ਨਾਂ ਵਾਲੀ ਮਸ਼ੀਨ, ਗੀਤਾਂ ਦੀ ਮਸ਼ੀਨ ਕਰ ਨੌਜਲਾ, ਆਹ ਐਕਸ਼ਨਾਂ ਦੀ ਮਸ਼ੀਨ ਹੈ ਸਾਹਮਣੇ ਕੋਟੜੇ ਵਾਲਾ ਸ਼ੰਕਰ ਦੀਆਂ ਦੋ ਰੇਡਾਂ, ਬੱਬੂ ਸ਼ਾਹ ਸਵਿਟਜ਼ਰਲੈਂਡ 5000 ਦੀਆਂ, ਪਚਵੰਜਾ ਸੌ ਸਾਡੇ ਕੋਲੇ ਆ। ਮਨੀ ਕਨੇਡਾ, ਬਾਬਾ ਗੁਰਵਿੰਦਰ ਗੋਵਰਧਨ ਸਿੰਘ ਜੀ ਪਿੰਡ ਮਹਿੰਦੀਪੁਰ ਵਾਲੇ, ਤੇ ਨਾਲ 2000 ਬੱਬੂ ਨਿਊਜ਼ੀਲੈਂਡ। ਇੱਕ ਸਫਲ ਹੋ ਗਈ ਹੈ, ਅਮਨਵੀਰ ਕਹਿੰਦਾ ਇਹਨੇ ਅਮਨਵੀਰ ਬੱਬੂ ਵੀਰ ਵੱਲੋਂ ਹੀ ਹੈ। ਲਓ ਅਗਲੀ ਰੇਡ ਪੈ ਰਹੀ, ਅਮਰੀਕ ਕਰੀ ਗੱਲ, ਆਓ ਸਾਹਮਣੇ ਕਹਿੰਦੇ ਗੁਰਦਾਸ ਬਾਕੀ ਭੁਰੀਆ ਰੇਡ ਪਾਉਣ ਦੇ ਲਈ ਵਧਿਆ ਹੋਇਆ, ਕਾਲਾ ਕਹਿੰਦੇ ਬਾਗੜੀਆਂ ਵਾਲਾ ਆਇਆ ਹੋਇਆ। ਇਹੀ ਗੱਲਾਂ ਚੱਲੀਆਂ ਵੀ ਇੰਨੇ ਪੈਸੇ ਪਰ ਇਹ ਨੀ ਪਤਾ ਵੀ ਕਿਹਦੇ ਵੱਲੋਂ, ਆਓ ਕਹਿੰਦੇ ਇਤਿਹਾਸ ਹੀ ਰੱਖ ਦਿੱਤਾ। ਪਰੇਪਰ ਕਹਿੰਦੇ ਭਗਵਾਨ ਪੁਰੀਆਂ ਨੇ ਲੋਪੋ ਵਾਲਿਆ ਗੁਰਦਾਸ ਸਿੱਟ ਲਿਆ। ਲਓ ਇਸ ਵੇਲੇ ਧੌਲਾ ਮਾਲੀਆਂ ਮਾਰਦਾ ਰੇਡਰ ਠਾਰਦਾ ਹੈ, ਸਾਹੋ ਕੇ ਪਿੰਡ ਹੈ ਮੋਗੇ ਦਾ, ਐਨ ਕਹਿੰਦੇ ਰਵੀ ਹੈ ਦੁਬਲੀ ਵਾਲਾ ਭੀਮ। ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ, ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਚੀਮਿਆਂ ਵਾਲਾ ਮਾਧੋਪੁਰੀ ਹੈ, ਨਾਲ ਵੇਖਦਾ ਵੀ ਨੌਜਵਾਨ ਆਹ ਸੀਚੇ ਵਾਲੀਆਂ ਤੇ ਜੋਲਾ ਵਾਲਾ ਐਨ ਤਿਆਰ ਨੇ ਪਿਆ ਪਲਾਟੀ ਨਿਊਜ਼ੀਲੈਂਡ ਟੰਗੇ ਵਾਲੇ ਖਿਡਾਰੀ ਦੀ ਟੀਮ। ਆਹ ਕਹਿੰਦੇ ਕੰਗ ਪਿੰਡ ਦੇ ਟੀਰ ਫੁੱਟਬਾਲ ਦੀ ਟੀਮ ਖੇਡ ਰਹੀ ਹੈ, ਤੇ ਇਸ ਵੇਲੇ ਤਗੜਾ ਨੰਬਰ ਜੋੜ ਦਿੱਤਾ ਹੈ, ਇਹ ਹੈ ਭੀਮ ਦੁੱਬਲੀ ਦਾ। ਆਹ ਤਬੁਰਜੀ ਵਾਲੇ ਦੀ ਰੇਡ ਪੈ ਰਹੀ ਹੈ, ਤਬੁਰਜੀ ਵਾਲੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ। ਆਹ ਮੁੰਡਾ ਕਹਿੰਦੇ ਅੰਮ੍ਰਿਤਸਰ ਤੋਂ ਚੱਲ ਕੇ ਆਇਆ ਹੈ, ਪੇਪਰ ਕਹਿੰਦੇ ਪੱਟੀ ਟੀਮਾਂ ਮੇਰੇ ਮਿੱਤਰੋ, ਆਹ ਚਾਰ ਤਿਆਰ ਨੇ, ਪੱਟਾਂ ਦੇ ਥਾਪੀਆਂ ਵੱਜਦੀਆਂ ਨੇ, ਬੱਲੇ ਬੱਲੇ ਕੀੜੇ ਕਰਵਾਉਣਾ। ਆਹ ਕਹਿੰਦੇ ਕਰਤਾ ਚਾਰ ਚੁੱਪਰਾਂ ਦੇ ਜੋ ਫੌਜ ਕੋਲੇ ਨੂੰ ਢਾਉਂਦੀ, ਗੱਲ ਰਾਜੇ ਖੇਲੇ ਦੀ ਸਿੱਧੀ ਧੂਪ ਕਾਲ ਦੀ ਪਾਉਂਦੀ। ਆਹ ਹੈ ਨੌਜਵਾਨ ਜਾਮਾ ਰਹਿ ਵਾਲਾ, ਕੋਟ ਕਲਾਂ ਦੇ ਅਮਨ ਟਮਾਣੇ ਹੁਣੀ ਮਾਣ ਕਰਦੇ ਹੈ, ਸੈਂਟਰ ਵੈਲੀ ਕਬੱਡੀ ਕਲੱਬ ਦੇ ਹੈਰੀ ਭੰਗੂ ਹੁਣੀ ਆਹ ਮਾਣ ਕਰਦੇ ਆ ਮੁੰਡੇ ਦੀ ਖੇਡ ਤੇ, ਰਾਜੇ ਧਾਮੀ ਹੁਣੀ ਸਾਗੀ ਸੰਘੇੜੇ ਹੁਣੀ ਆਹ ਨੌਜਵਾਨ ਜਾਮਾ ਰਾਏ ਵਾਲਾ ਹੈ, ਕਹਿੰਦੇ ਤਗੜਾ ਨੰਬਰ ਜੋੜ ਗਿਆ। ਆਹ ਕੰਮੂ ਭਲਵਾਨ ਦਾ ਪੁੱਤਰ ਕਹਿੰਦੇ ਇਸ ਵੇਲੇ ਅਗਲੀ ਰੇਡ ਪਾ ਰਿਹਾ, ਆਹ ਸਾਹਮਣੇ ਕਹਿੰਦੇ ਫਤਿਆ ਬਾਦਵਾਲ ਅਜੇ ਮੇਰੇ ਮਿੱਤਰੋ, ਇਹਦੇ ਬਾਪ ਨੂੰ ਦੁਨੀਆ ਹਥੌੜੇ ਦੇ ਤੌਰ ਤੇ ਜਾਣਦੀ ਹੈ, ਕਹਿੰਦੇ ਫਤਿਆਬਾਦੀ ਹਥੌੜੇ ਦਾ ਮੁੰਡਾ ਰੇਡ ਪਾਉਣ ਦੇ ਲਈ ਵਧਿਆ ਹੋਇਆ। ਇਹ ਪਰ ਕਹਿੰਦੇ ਸਾਹੂ ਵਾਲਾ ਉਹ ਰਵੀ ਮੇਰੇ ਮਿੱਤਰੋ, ਪੱਲੇ 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 ਕਬੱਡੀ ਲਓ ਤਗੜਾ ਨੰਬਰ, ਰਾਵਨ ਤੇ ਦਮਨ USA ਤੋਂ ਲੱਖੇ ਚੀਮਿਆਂ ਵਾਲੇ ਦਾ ਇੱਕ ਜੱਫਾ, 1100 ਦਾ ਇੱਕ ਹੀ ਜੱਫਾ ਜਿਹੜਾ ਉਹ 1100 ਦਾ ਹੈ ਦੁਬਲੀ ਵਾਲਾ। ਇਸ ਵੇਲੇ ਭੀਮ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਆਹ ਚਾਰ ਜਾਫੀ ਤਿਆਰ ਨੇ, ਚਾਹੋ ਦੇ ਵਿੱਚ ਹੁਣ ਕਿਹੜਾ ਖਿਡਾਰੀ ਬੇਓਪਰਾਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ, ਆਹ ਟਿੱਬੇ ਵਾਲੇ ਪਾਂਟੀ ਦੀ ਟੀਮ ਕਹਿੰਦੇ ਮੱਲੀਆਂ ਵਾਲੇ ਪੁੱਗੇ ਦੀ ਟੀਮ ਖੇਡ ਰਹੀ ਹੈ। ਆਹ ਸਾਹਮਣੇ ਕੀਤੀ ਹੋਈ ਕੋਸ਼ਿਸ਼ ਨੌਜਵਾਨ ਗੱਭਰੂ ਟੱਕਰ ਸਿਰੇ ਦੀ ਹੈ, ਆਹ ਚੀਮਿਆਂ ਵਾਲਾ ਲੱਖਾਂ
ਲੈ ਲਿਓ ਮਾਇਆ ਆ ਢੋਲਾ ਆ ਗਿਆ ਖੋਸੇ ਵਾਲਾ ਆ ਜਾ ਉੱਥੇ ਹੀ ਸੋਨੂੰ ਸਰਪੰਚ ਹਿੰਮਤਪੁਰ ਓਕੇ ਸੋਨੂੰ ਉਹਨਾਂ ਵੱਲੋਂ 1000 ਦੀਪ ਦੀਆਂ ਰੇਡਾਂ ਤੇ ਜਗੀਤ ਨਵਾ 1000 ਉਹਨਾਂ ਵੱਲੋਂ ਸ਼ਾਂਕਰ ਦੀਆਂ ਪਹਿਲਾਂ ਰੇਡਾਂ ਤੇ 5000 ਲੱਗਿਆ ਸੀ ਆ ਰੇ ਅਮਨ ਤੇ ਸਾਡਾ ਵੀਰ ਸਿੰਮਾ ਉਹਨਾਂ ਦੇ ਨਾਲ ਬੱਬੂ ਸ਼ਾਹ ਸਵਿਟਜ਼ਰਲੈਂਡ ਵਾਲੇ ਨੇ ਪਹਿਲਾਂ 5 ਲਾਇਆ ਸੀ ਕਹਿੰਦੇ 6 ਹੋਰ ਪਾ ਦੇ ਆ ਰੇਡ 11000 ਦੀ ਪੈਣੀ ਹੈ ਕਹਿੰਦੇ ਲਓ ਵੀ ਦੋਸਤੋ ਇਸ ਮੈਚ ਦਾ ਹਾਫ ਸਮੇਂ ਦੇ ਵਿੱਚ ਜਿਹੜੇ ਪੁਆਇੰਟ ਨੇ ਭਗਵਾਨਪੁਰ ਦੇ ਜਿਹੜੇ ਨੇ ਉਹ 15.5 ਪੁਆਇੰਟ ਨੇ ਔਰ 17 ਪੁਆਇੰਟ ਨੇ BOP ਨਵਾਂਸ਼ਹਿਰ ਦੇ BOP ਨਵਾਂਸ਼ਹਿਰ ਲਗਭਗ 2.5 ਨੰਬਰ ਜਿਹੜਾ ਉਹ ਉੱਪਰ ਚੱਲ ਰਿਹਾ ਦੇਖਾਂਗੇ ਕਿ ਆਉਣ ਵਾਲੇ ਹਾਫ ਦੇ ਵਿੱਚ ਜਿਹੜਾ ਹੈ ਭਗਵਾਨਪੁਰ ਇਸ ਮੈਚ ਨੂੰ ਜਿੱਤ ਪਾਉਂਦੀ ਹੈ ਜਾਂ ਨਹੀਂ ਕਿਉਂਕਿ ਹਜੇ 2 ਪੁਆਇੰਟ ਪਿੱਛੇ ਚੱਲ ਰਹੀ ਹੈ ਦੇਖਦੇ ਹਾਂ ਇਸ ਮੈਚ ਨੂੰ ਔਰ ਦੇਖਾਂਗੇ ਕਿ ਕਿਹੜੇ ਕਿਹੜੇ ਉਹ ਖਿਡਾਰੀ ਹੋਣਗੇ ਜਿਹੜੇ ਇਸ ਮੈਚ ਦੇ ਵਿੱਚ ਬੈਸਟ ਰਹਿੰਦੇ ਨੇ ਇੰਜੋਏ ਕਰੋ ਇਸ ਮੈਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਰਾਫੀ ਤਿਆਰ ਨੇ ਬੜੀ ਕਰੀ ਗੱਲ ਆਹੀ ਰੇਡ ਤੇ ਆ ਮੁੰਡੇ ਹਿੰਮਤਪੁਰੀ ਕਹਿੰਦੇ ਆਹੀ ਰੇਡ ਤੇ ਸੁਣੋ ਹਿੰਮਤਪੁਰੀ ਤੇ ਨਾਲ ਫੁੱਲਾ ਹਿੰਮਤਪੁਰੀ 1000 ਦੀ ਹੈ ਮੇਰੇ ਵੀਰੋ 1000 ਦੀ ਹਾਂ ਆ ਸਾਡੇ 16000 ਦੀ ਰੇ ਆਓ ਜਹਾਜ 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 ਗੱਲ ਚੱਲਦੀ ਹੈ ਬਲਜੀਤ ਇੰਗਲੈਂਡ ਵੱਡੇ ਪਿਆਰ ਉਹ ਵੀ 1000 ਗੱਲਾਂ ਟਿਕਾਣੇ ਲੱਗਣਗੀਆਂ ਮੇਰੇ ਜਹਾਜ ਉੱਡਦਾ ਮੇਰੇ ਵੀਰੋ ਆ 11000 ਜੰਡੀਆਂ ਵਾਲੇ ਬਾਈ ਇਧਰੋਂ ਫੜ ਲੈ ਤੇ ਆ 5500 ਜਿਹੜਾ ਉਹ ਦੇ ਦਿੱਤਾ ਗਿਆ 16000 ਦੀਪ ਨੂੰ ਜੱਫਾ ਲੱਗ ਗਿਆ ਸੀ ਦੀਪ ਨੂੰ ਨਹੀਂ ਦੀਪ ਦੇ ਪੈਸੇ ਅੱਧੀ ਪੈਸੇ ਲੈ ਗਿਆ ਵੀਰੇ ਦੀਪ ਦੇ ਪੈਸੇ ਆ ਸਾਡੇ ਕੋਲੇ ਹਿੰਮਤਪੁਰੀਆਂ ਵੀਰਾਂ ਨੇ ਜਿਹੜੇ ਪੈਸੇ ਲਾਏ ਸੀ ਦੀਪ ਦੇ ਪੈਸੇ ਲੈ ਜਾਓ ਇਹਦਾ ਨਾਮ ਸ਼ਾਹ ਕਹਿੰਦਾ ਵੀ ਤਪੁਰਜੀ ਵਾਲੇ ਵੀ ਅਗਲੀਆਂ 3 ਰੇਡਾਂ 13000 ਦੀਆਂ ਨਾਮ ਸ਼ਾਹ ਲੋਕ ਕਹਿੰਦੇ ਤਪੁਰਜੀ ਵਾਲੀਆਂ 3 ਰੇਡਾਂ ਜਿਹੜਾ 13000 ਦੀਆਂ ਪੈਣ ਗਈਆਂ ਆਹ ਸਾਹਮਣੇ ਇਸ ਵੇਲੇ ਪਈ ਹੋਈ ਰੇਡ ਹੈ ਰੇਡ ਪੈ ਉਧਰ ਲੈਚੀ ਉਹਨਾਂ ਵੱਲੋਂ ਵੀ ਜਿਹੜਾ 600 ਉਹ ਦੀਪ ਦੀਆਂ ਰੇਡਾਂ ਤੇ ਸੀਗਾ ਪੁੱਜਦਾ ਕਰ ਦਿੱਤਾ ਵੀਰਾਂ ਨੇ ਵੱਡਾ ਧੰਨਵਾਦ ਵੱਡੇ ਭਾਈਆਂ ਦਾ ਰਮਨਾ ਇਟਲੀ ਵਾਲਾ ਕਹਿੰਦਾ ਵੀ ਦੁੱਬਲੀ ਵਾਲੇ ਭੀੜ ਦੀਆਂ 2 ਰੇਡਾਂ 3000 ਦੀਆਂ ਉਧਰ ਇਹਦੇ 13000 ਦੇ ਵਿੱਚ ਸਾਡੇ ਵੀਰ ਪੱਪਾ USA ਉਹਨਾਂ ਨੇ ਯੋਗਦਾਨ ਪਾਇਆ ਹੈ ਪੱਪਾ USA ਉਹਨਾਂ ਦਾ ਧੰਨਵਾਦ ਅਮਨ ਦਾ ਅਮਰੀਕਾ ਵਾਲੇ ਦਾ ਸਿੰਮੇ ਦਾ ਬੱਬੂ ਸ਼ਾਹ ਦਾ ਧੰਨਵਾਦ ਆਹ 13000 ਦੀ ਪਹਿਲੀ ਰੇਡ ਦਮੁਰਜੀ ਵਾਲਾ ਪਾ ਰਿਹਾ ਅਮਰੀਕ ਕਰਦੇ ਗੱਲ ਲਓ ਸਾਹਮਣੇ ਸਵੇਖ ਬੜੀ ਬਲਜੀਤ ਇੰਗਲੈਂਡ ਤੇ ਜੋਬਨ ਆਸਟ੍ਰੇਲੀਆ ਐਕਸ਼ਨ ਸਾਡੀ ਅਮਰੀਕਾ ਸੰਤਵਾਂ ਵਾਲਾ
ਜਹਾਜ਼ ਉੱਡਦੇ ਹੈ, ਗੱਲਾਂ ਵੱਖਰੀਆਂ ਨੇ, ਦੁਨੀਆ ਦੇ ਵਿੱਚ ਨਾਂ ਬਣ ਗਿਆ ਮੁੰਡੇ ਦਾ, ਗਾਜੀਪੁਰੀ ਲੱਖੇ ਨੂੰ ਮਾਣ ਹੈ, ਯੰਗ ਦੀ ਟੀਮ ਲਈ ਖੇਡਦਾ। ਆਓ ਅਗਲੀ ਰੇਡ, ਨੌਜਵਾਨ ਕਹਿੰਦੇ ਇਸ ਵੇਲੇ ਫਤਿਆਬਾਦ ਵਾਲਾ ਕਬੱਡੀ ਗਰਾਊਂਡ ਹਿੰਮਤਪੁਰੀ USA ਤੋਂ ਗੱਲ ਚੱਲਦੀ ਹੈ ਵੀਰ ਦੀ, ਵੱਡਾ ਭਰਾ ਸੋਨੂ ਉਹਨਾਂ ਵੀਰਾਂ ਵੱਲੋਂ ਦੀਪ ਦੀਆਂ ਤਿੰਨ ਰੇਡਾਂ ਦੇ ਦੋ ਹਜ਼ਾਰ ਚੱਕੀ ਚੱਕੀ ਹਿੰਮਤਪੁਰੀ ਹੈ ਤੇ ਸੋਨੂ ਉਹਨਾਂ ਵੱਲੋਂ ਗੁਰਵਰਧਨ ਸਿੰਘ ਜੀ ਜਿਹਨਾਂ ਦਾ ਮਹਿੰਦੀਪੁਰ ਪਿੰਡ ਹੈ, 1500 ਰੁਪਇਆ ਉਹਨਾਂ ਵੱਲੋਂ ਦੀਪ ਦੀਆਂ ਰੇਟਾਂ ਤੇ। ਅਮਨ ਆ ਜਾ ਵੀਰੇ, ਲਾਓ ਲਾਓ ਪਾਵੇ ਜਾ ਮਾਰਾ ਵਾਲਿਆ ਦੂਜੀ ਰੇਡ। ਹੱਥ ਬੁਰਜੀ ਵਾਲਾ ਅਮਰੀਕ ਇਸ ਵੇਲੇ ਕਬੱਡੀ ਮਾਰਿਆ ਹੈ, ਅਮਰੀਕਾ ਵਾਲਿਆਂ ਦੇ ਐ ਨੋਟਾਂ ਦੀ ਵਰਖਾ, ਕਬੱਡੀ ਕਬੱਡੀ ਬਾਬੇ ਨੂੰ ਚੇਤੇ ਕਰਦਾ ਹੈ। ਕਹਿੰਦੇ ਸ਼ਾਂਕਰ ਦੀ ਦੋ ਰੇਡਾ ਨਵੀਂ ਨਵੀਂ ਵੱਲੋਂ ਨਵੀਂ ਅਮਰੀਕਾ ਵੱਲੋਂ ਸ਼ਾਂਕਰ ਦੀਆਂ ਦੋ ਰੇਡਾਂ 5000 ਦੀਆਂ, 5000 ਆਹ ਜਹਾਜ਼ ਹੈ। ਓ ਸ਼ਾਂਕਰ ਦੀ ਜੇਬ ਬਣਿਆ ਲੱਗੀ ਤੇ ਕਲਕਾਰੋ ਹੈ, ਕਹਿੰਦੇ ਅਮਨ ਇਲਾਕਾ ਗੂੰਜ ਰਿਹਾ, ਧੁੰਮਾਂ ਪੈ ਗਈਆਂ ਤੇਰੇ ਮੇਲੇ ਦੀਆਂ। ਨਵੀਂ ਸ਼ਾਹ USA ਵੱਲੋਂ ਕਹਿੰਦੇ 5000 ਦੀ ਪਹਿਲੀ ਪੈ ਗਈ ਹੈ, ਅਜੇ ਆ ਗਿਆ ਤੇ ਅਮਰੀਕ ਗੱਲ ਕਰ ਰਿਹਾ। ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਮੇਰੇ ਮਿੱਤਰੋ, ਇਹ ਕਹਿੰਦੇ ਅਜੇ ਹੈ। ਅਮਨ ਨੂੰ ਕਹਿੰਦੇ ਬਹੁਤ ਫਿਕਰ ਸੀ, ਅਮਨ ਮੇਲਾ ਚੋਟੀ ਦਾ ਹੋ ਗਿਆ, ਮੇਲਾ ਚੋਟੀ ਦਾ ਹੋ ਗਿਆ। ਆਹ ਕਹਿੰਦੇ ਰੇਡ ਪੈਂਦੀਆਂ ਮੇਰੇ ਮਿੱਤਰੋ, ਉਹ ਬੱਲੇ ਚੱਕੀ ਹੈ ਗੁਰਵਿੰਦਰ ਸਿੰਘ ਮੋਨੂ, ਗੁਰਵਿੰਦਰ ਸਿੰਘ ਮੋਨੂ ਦਾ ਕਹਿ ਕਦਮਾ ਧੰਨਵਾਦ ਹੈ ਗੁਰਵਿੰਦਰ ਸਿੰਘ ਮੋਨੂ ਦਾ। ਨੰਬਰ ਕਿਹਦਾ ਜੀ? ਉਧਰ ਸੋਨੂ ਹਿੰਮਤਪੁਰਾ ਤੇ ਚੱਕੀ ਧੰਨਵਾਦ ਵੀਰ ਦੇ ਬੜੇ ਪਿਆਰ ਧੰਨਵਾਦ ਪਾਉਂਦੇ ਹਾਂ। ਨੰਬਰ ਕਿਵੇਂ ਭਗਵਾਨ ਤੋਂ ਨਰਿੰਦਰ ਸਿੰਘ ਜੀ ਬੇਲੀਆ USA ਵਾਲੇ, ਲੱਖੇ ਦਾ ਜੱਫਾ 1000 ਦਾ ਹੈ। ਆਹ ਜਾਮਾ ਰਹਿ ਵਾਲਾ ਇੱਕ ਦੇ ਕੇ ਝਕਾਨੀ ਵਾਲੀ ਗੱਲ, ਪਰ ਜਾਮਾ ਰਹਿ ਵਾਲਾ ਵੀ ਸਿਆਰਾ ਰੇਡਰ ਹੈ। ਤੁਹਾਨੂੰ ਭਲਵਾਨ ਨੇ ਚੱਲਿਆ ਬਾਹ ਫੜੀ ਹੈ ਮੇਰੇ ਵੀਰੋ। ਆਹ 15000 ਨਵੀਂ ਸ਼ਾਲ ਪੰਜ ਮਾਰਿਓ, ਆਹ 20 ਹੋ ਗਿਆ, 20 ਹੋ ਗਿਆ। ਮੈਂ ਵੀ ਅਮਨ ਇੱਕ ਹੋਰ ਪਾਉਣਾ ਪੈਣਾ, 21 ਕਰਦੇ। ਆਹ 21000 ਦੀ ਰੇਡ ਹੈ, 21000 ਕੋਟਲੇ ਵਾਲਾ, ਆਹ ਮਾਨਸੇ ਵਾਲਾ ਜੱਡੀ ਵਾਲੇ ਨੂੰ ਭੰਗੜੇ ਪਾਉਣ ਲਾ ਗਿਆ। ਆਹ ਬੱਲੇ ਬੱਲੇ, ਆਹ ਬੱਲੇ ਬੱਲੇ, ਆਹ ਬੱਲੇ ਬੱਲੇ, ਵਾਹ 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 ਵਾਹ, ਭੰਗੜੇ ਭੰਗੜੇ 21000 ਦੇ ਦਿਓ ਮੁੰਡੇ ਨੂੰ, 21000। ਉਹ ਮੇਲਾ ਵਧੀਆ ਲੱਗ ਰਿਹਾ।
ਜੀ ਉਧਰ ਬਲਜੀਤ ਇੰਗਲੈਂਡ ਜੋ ਆਸਟ੍ਰੇਲੀਆ ਨਾ ਅਮਨ ਹੋਣਾ ਦਾ ਸਿੰਨੇ ਹੋਣਾ ਦਾ ਬਲਜੀਤ ਬਲਵਾਨੀ ਨੇ ਧੰਨਵਾਦ ਹੈ ਮੇਰੇ ਗੱਲ ਨੇ ਕੀ ਬਾਰੇ ਤੋਂ ਗੱਲ ਕਰ ਰਿਹਾ ਹੈ ਆ ਮੇਰੇ ਆਓ ਸਾਹਮਣੇ ਬਲਵਾਨੀ ਨੇ 500 ਇਹ ਆ ਲੱਖਾਂ ਚੀਮਿਆਂ ਵਾਲਾ ਸੁਖਪ੍ਰੀਤ ਦੁਆਡੀ ਵਾਲੀ 500 ਆ ਸ਼ੀਰੇ ਦੇ ਪੰਜੇ ਕਰ ਦਿਓ ਵੀਰ ਜੀ ਅਮਨ ਆ ਜਾ ਮੇਰੇ ਭਾਈ ਆ ਲੱਖੇ ਦਾ ਜੱਫਾ ਲੱਗ ਗਿਆ ਜਲਦੀ ਮੈਂ ਲੈ ਲਓ ਲੱਖੇ ਦੀ 1000 ਆ ਸਾਹਮਣੇ ਗੁਰਦਾਸ ਬਾਕੀ ਪੁਰੀ ਹੈ ਕਬੱਡੀ ਭਾਰ ਹੈ ਚਾਰ ਜਾਫੀ ਤਿਆਰ ਨੇ ਸਾਹੋਕੇ ਵਾਲਾ ਰਮਦਾਸ ਵਾਲਾ ਚਟਾਰਿਆਂ ਵਾਲਾ ਆ ਟਕੋਰ ਰੁਮਾਣੇ ਵਾਲਾ ਹੁਣ ਜੱਟ ਭਗਵਾਨ ਪੁਰੀਏ ਇਹੋ ਜਿਹੀ ਗੱਲ ਕਰ ਰਹੇ ਹੈ ਪਰ ਸਾਹਮਣੇ ਨੰਬਰ ਧਾਵੀ ਦਾ ਆ ਸ਼ੰਕਰ ਦੀ 5000 ਵਾਲੀ ਦੂਜੀ ਰੇਡ ਹੈ ਕਵੀ ਸ਼ਾਲ ਕਿਵੇਂ ਸ਼ੰਕਰ ਦੀ ਰੇਡ ਹੈ ਆਹ ਮੁੰਡਾ ਨੇ ਕਹਿੰਦੇ ਸੋਆ ਵਾਲਾ ਕੰਮ ਖਤਮ ਕਰਤਾ ਮੇਰੇ ਮਿੱਤਰੋ ਗੱਲ ਕਹਿੰਦੇ 5000 ਦੀ ਗੱਲ 10-10 ਹਜ਼ਾਰ ਦੀ ਇਹ ਪਰ ਕਹਿੰਦੇ ਰੇਡਾ ਉੱਧਰ ਜੱਫੇ ਜਹਾਂ 5000 ਲੈ ਲਓ ਜੀ ਨਵੀਂ ਸ਼ਾਲ ਨੂੰ ਸਾਡਾ ਸੁਖ ਤੇ ਸਿੰਮਾ ਅਮਰੀਕਾ ਵਾਲਾ ਕਹਿੰਦੇ ਆ ਵੀ ਅਗਲੇ ਉਧਰ ਦੀਪ ਦੇ ਲਈ ਬੜੇ ਪਿਆਰ ਸੰਤ ਬਾਬਾ ਗੁਰਵਰਜਨ ਸਿੰਘ ਜੀ ਪਿੰਡ ਮਹਿੰਦੀਪੁਰ ਦੀਪ ਦੇ ਪੈਸੇ ਲੈ ਜੋ ਵੀਰੇ ਇਸ ਵੇਲੇ ਕਹਿੰਦੇ ਨੌਜਵਾਨ ਰੇਸ਼ਮ ਹੈ ਦੋ ਕਬੱਡੀਆਂ ਰਮ ਨੇ ਟੇਬਲ ਉਹ ਕਹਿੰਦੇ 2000 ਦੀਆਂ ਇੱਕ ਸਫਲ ਪੈ ਗਈ ਹੈ ਸਿੰਨੇ ਦਾ ਅਮਨ ਦਾ ਵਿਸ਼ੇਸ਼ ਤੌਰ ਤੇ ਬੱਬੂ ਸ਼ਾਹ ਦਾ ਧੰਨਵਾਦ ਹੈ ਭਰਾਵਾਂ ਦਾ ਅੱਜ ਬੱਲੇ ਬੱਲੇ ਕਰਵਾ ਰਿਹਾ ਇਹ ਨੋਟਾਂ ਦਾ ਮੀਂਹ ਪਵਾ ਰਿਹਾ ਆਹ ਗੁਰਦਾਸ ਲੈ ਵੀ ਰੇਸ਼ਮ ਠੀਕ ਹੈ ਇਹ ਨੌਜਵਾਨ ਰੇਸ਼ਮ ਜਾਮਾ ਰਹਿ ਵਾਲਾ ਅਗਲੀ ਰੇਡ ਗੁਰਦਾਸ ਤਿਆਰ ਹੈ ਪਲੀਜ਼ ਗਰਾਊਂਡ ਥੋੜ੍ਹਾ ਮਨ ਪਿੱਛੇ ਪਿੱਛੇ ਨੂੰ ਹੋ ਜਾਈਏ ਗਰਾਊਂਡ ਕਲੀਅਰ ਰੱਖੀਏ ਆਹ ਕਬੱਡੀ ਪੈ ਗਈ ਅਮਰੀਕਾ ਦੀ ਗੱਲ ਸੋਨੂੰ ਜਰਮਨ ਸੋਨੂੰ ਜਰਮਨ ਸ਼ਰਮੇ ਵਿੱਚ ਜੱਫੇ ਦੇ 1000 ਦੇਣਗੇ ਬਲਜੀਤ ਵੱਡੇ ਭਾਈ ਰਿਕਾਰਡ ਕੱਢ ਕੇ ਵੇਖ ਲਓ ਜੇ ਮੈਂ ਨਾ ਬੋਲਿਆ ਤੇ ਮੈਨੂੰ ਜਿੱਥੇ ਮਰਜ਼ੀ ਜੀ ਨਾਮ ਸ਼ਾਹ ਸਿਮਰਨ ਸ਼ਾਹ ਤੇ ਬੱਬੂ ਸਵਿਟਰਲੈਂਡ ਐਲਾਨ ਕਰਦੇ ਵੀ ਅਗਲੇ ਅਗਲੇ ਸਾਲ ਦੇ ਮੇਲੇ ਦਾ ਕਹਿੰਦੇ ਮੁੱਢ ਜਿਹੜਾ ਬੰਨ ਦਿੱਤਾ ਭਰਾਵਾਂ ਨੇ ਉਧਰ ਆ ਗਿਆ ਅਮਰੀਕਾ 1500 ਸੰਤ ਬਾਬਾ ਗੁਰਵਰਜਨ ਸਿੰਘ ਜੀ ਮਹਿੰਦੀਪੁਰ ਪਿੰਡ ਵਾਲੇ 1500 ਇੱਕੇ ਰੇਟ ਦੇ ਉਧਰ ਸੋਨੂੰ ਚਰਮਣ
ਉਹਨਾਂ ਵੱਲੋਂ ਵੀ 1000 ਪੁੱਜਦਾ ਹੋ ਗਿਆ, ਦੀਪਾ 1500 ਤੇ ਨਾਲ ਉਧਰ ਬਲਜੀਤ ਧਨੋਆ ਉਹਨਾਂ ਦਾ ਵੀ ਧੰਨਵਾਦ ਬਲਜੀਤ ਧਨੋਆ ਤੇ ਨਾਲ ਸੋਨੂੰ ਹਿੰਮਤਪੁਰ ਇੱਕ ਸਾਡੇ ਵੀਰ ਬਲਜੀਤ ਇੰਗਲੈਂਡ ਤੋਂ ਵੀ ਨੇ ਲਾਓ ਸਾਹਮਣੇ ਇਸ ਵੇਲੇ ਨੌਜਵਾਨ ਗੱਭਰੂ ਦੀ ਪਈ ਹੋਈ ਰੇਡ ਹੈ ਚਾਰ ਜਾਫੀ ਪਿਆਰ ਦੇ ਪਿੰਡੂ ਹੈ ਸ਼ਬਦ ਦੀ ਰੇਡ ਤੇ ਬਲਜੀਤ ਹਿੰਮਤਪੁਰ ਧਨੋਆ ਤੇ ਸੋਨੂੰ ਹਿੰਮਤਪੁਰ 1100 ਸ਼ਬਦ ਦੀ ਰੇਡ ਤੇ ਲਾ ਗੁਰ ਜੀ ਵਾਲਾ ਫੇਰ ਆ ਰੇਡ ਤੇ ਰਮਣਕ ਜੀ ਵੱਲੋਂ 1000 ਹੈ ਬਲਜੀਤ ਧਨੋਆ ਸੋਨੂੰ ਹਿੰਮਤਪੁਰ ਰਮਨ ਇਡਲੀ ਵੱਲੋਂ 1000 ਆ ਰੇਟਾਂ ਜਦ ਹੀ ਲੈ ਲਓ 1000 ਦੀਪ ਦੀਆਂ ਅਗਲੀਆਂ ਦੋ ਰੇਟਾਂ 21000 ਦੀਆਂ ਨਵ ਸ਼ਾਹ ਤੇ ਬੱਬੂ ਸ਼ਾਹ ਵੱਲੋਂ ਅਗਲੀਆਂ ਉੱਧਰ ਉੱਧਰ ਸ਼ੰਕਰ ਦਾ 1100 ਸ਼ੰਕਰ ਦਾ 1100 ਇੱਕੇ ਰੇਟ ਤੇ ਦਿੱਤਾ ਗਿਆ ਬਲਜੀਤ ਧਨੋਆ ਭਾਈਆ ਨਾਲ ਸੋਨੂੰ ਭਾਜੇ ਜੰਗ ਪਲਵਾਨ ਨਾਲ ਪਿੰਦਰ ਹਿੰਮਤਪੁਰੀ ਬਿਲਾ ਸੋਨੂੰ ਪਲਵਾਨ ਹੈ ਆ ਸਾਫੀ ਜੋ ਐਸ ਏ ਵੱਲੋਂ ਪਲਵਾਨ ਨੂੰ ਦੇ ਦੇ ਜੀ 2000 ਕਰਦੇ ਆਪਣੇ ਯਾਰ ਹਾਂ ਸਾਹਮਣੇ 26000 ਹੈ ਕੱਤੀ ਦਾ ਇਸ਼ਾਰਾ ਨਹੀਂ ਹੋਇਆ ਲੈ ਹਾਂ 26000 ਦੀ ਹੈ ਨਵ ਸ਼ਾਹ ਬੱਬੂ ਸ਼ਾਹ ਆ ਦਗੋਆ ਲਗਾ ਦਾ ਹਾਂ ਬੱਲੇ 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 26000 36000 ਦਾ ਜੱਤੀ ਦੇ ਜੱਫੇ ਦਾ ਸਦੀ ਕਨੇਡਾ ਉਹਨਾਂ ਵੱਲੋਂ 1000 ਲਾਓ ਸ਼ੱਕਰ ਇਸ ਵੇਲੇ ਰੇਟ ਮਾਰਿਆ ਬੜੀ ਸ਼ਰਧਾ ਵੱਲੋਂ ਚੱਕੀ ਦੇ ਤਜੱਫੇ ਦਾ ਲਾਓ ਸ਼ੱਕਰ ਰੇਟ ਮਾਰਿਆ ਥੋੜਾ ਗਰਾਊਂਡ ਕਲੀਅਰ ਕਰ ਦਈਏ ਗਰਾਊਂਡ ਕਲੀਅਰ ਕਰ ਦਈਏ ਆ ਮਾਇਆ ਜਿਹੜੀ ਦੇ ਦਈਏ ਦੀਪ ਦੀ ਅਜੇ ਕਬੱਡੀ ਭਾਰ ਹੈ ਆਹ ਰੇਟ ਤੇ ਵੀ ਲਾਓ ਮਾਇਆ ਆ ਅਮਨ ਆਹ ਰੇਟ ਤੇ ਅਜੇ ਵੀ ਲਾਓ ਮਾਇਆ ਇਹ ਮੁੰਡਾ ਵੀ ਵਧੀਆ ਖੇਡਦਾ ਹੈ ਆਹ ਅਜੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਫਤਿਆਬਾਦ ਵਾਲਾ ਚਾਰ ਜਾਫੀਆਂ ਵਿੱਚੋਂ ਬਲਜੀਤ ਧਨੋਆ ਹਿੰਮਤਪੁਰਾ ਵੀਰ ਨੇ ਸ਼ੰਕਰ ਦੀ ਰੇਟ ਤੇ ਨਾਲ ਸੋਨੂੰ ਹਿੰਮਤਪੁਰ ਸ਼ੰਕਰ ਦੀ ਰੇਟ ਤੇ ਕਿੰਨੇ ਭਾਜੀ ਕਿੰਨੇ ਬੋਲ ਉਹ ਤਾਂ ਦੇਵੇ ਦਾ ਵੀ ਜ਼ਿਆਦਾ ਰੇਟ ਪੈ ਗਈ ਹੋਰ 1100 ਵੀਰ ਕਹਿੰਦੇ ਨਾਮ ਸ਼ਾਹ ਬੱਬੂ ਸ਼ਾਹ 500 ਬੰਦੇ ਪਿਆਰ ਦੇ ਵੀਰ ਨੇ ਸ਼ੰਕਰ ਦੀਆਂ ਦੋ ਰੇਟਾਂ 11000 ਦੀਆਂ ਨਾਮ ਸ਼ਾਹ ਤੇ ਬੱਬੂ ਸ਼ਾਹ ਸੋਚਣ ਲੈ 1100 ਦੀਆਂ 1100 ਬਲਜੀਤ ਧਨੋਆ 1100 ਬਲਜੀਤ ਧਨੋਆ ਹਿੰਮਤਪੁਰ ਤੇ ਸੋਨੂੰ ਵੀਰ ਉਹਨਾਂ ਵੱਲੋਂ ਪੈਗੀ ਰੇਟ ਪਿਆ ਜੀ ਲਾ ਸ਼ੰਕਰ ਇਸ ਵੇਲੇ ਵਾਪਸ ਹੈ ਇੱਕ ਇੱਕ ਰੇਡ ਬਾਕੀ ਹੈ ਧਨੋਆ ਇੱਕ ਇੱਕ ਰੇਡ ਬਾਕੀ ਹੈ ਸੋਨੂੰ ਹਿੰਮਤਪੁਰ ਵੀਰ ਜੀ ਇੱਕ ਇੱਕ ਰੇਡ ਬਾਕੀ ਹੈ ਸਾਹਮਣੇ ਜਗਜੀਤ ਧਨੋਆ ਲਾਓ
ਦੀਪ ਦਬੁਰਜੀ ਵਾਲਾ ਚੱਕੀ ਸੋਨੂੰ ਚੱਕੀ ਆਓ ਦੀਪ ਦੇ ਚੱਕੀ ਨੰਬਰ ਦੇ ਯੁੱਧ ਦਬੁਰਜੀ ਵਾਲਿਆ ਲੈ ਵੀ ਸ਼ਾਂਕਰਾ ਰੁਕ ਜੀ ਹਲੇ ਰੁਕ ਜੀ ਆਹ 10,000 ਲੱਗਿਆ ਜੇ ਹੁਣ ਹੋਰ ਲੋੜੇ ਦਾ ਲਾ ਲਓ 6,000 ਸਾਬੀ ਜੋ ਐਸੇ ਦਾ 16 ਹੋ ਗਿਆ ਹੋਰ ਲੋੜਾ ਕਿਸੇ ਨੇ ਘਰੇ ਜਾ ਕੇ ਨਾ ਚੁੱਲ੍ਹੇ 'ਚ ਲੱਤ ਮਾਰੀ ਅਤੇ ਨੱਚਣਾ ਅਤੇ ਹੁਣ ਨੱਚਣਾ 16,000 ਹੋ ਗਿਆ ਜੇ ਕਿਸੇ ਨੇ ਹੋਰ ਲਾਉਣਾ ਤਾਂ ਦੇਖ ਲਓ ਇਹ ਵੀ ਨਹੀਂ ਵੀ ਕਮੇਟੀ ਕਹਿੰਦੀ ਅਮਨ ਕਲੀਅਰ ਹੈ ਗੱਲ ਹਾਂ ਕਮੇਟੀ ਕਹਿੰਦੀ ਜਿਹਦੀ ਮਰਜ਼ੀ ਲਾਸਟ ਰੇਟ ਪਾ ਦਿਓ ਜਿਹਦੀ ਬਣਦੀ ਆ 51,000 ਲਾਵਾਂਗੇ ਜੇ ਸ਼ਾਂਕਰ ਜਾਂ ਕੋਈ ਹੋਰ ਰੇਡਰ ਮਾਰੇ 51,000 ਦੀ ਰੇਟ ਪਵਾਵਾਂਗੇ ਜਿਹਦੀ ਬਣਦੀ ਆ ਪਲੀਜ਼ ਕਲੀਅਰ ਵੀਰੇ ਵੱਲੋਂ ਆ 1,000 ਰੁਪਇਆ ਜੀ ਇਹ 52,000 ਹੋ ਗਿਆ ਆਹ 52,000 1,000 ਬਲਜੀਤ ਧਰਵਾ ਮਾੜੇ ਮਾੜੇ ਹਲਵਾਈ ਵੱਲੋਂ 2,000 ਆ ਗਿਆ 53 ਹੋ ਗਿਆ ਇੱਕ ਰੇਟ ਆ ਜਿਹੜਾ ਮਰਜ਼ੀ ਰੇਟ ਮਾਰੇ ਜਿਹੜਾ ਹੋਲਡ ਨੰਬਰ ਸੀ ਉਹ ਦੀਪ ਦਾ ਨੰਬਰ ਹੈ ਉਹ ਦੀਪ ਦਾ ਨੰਬਰ ਹੈ ਆਹ ਮੈਨੂੰ ਦੱਸ ਦਿਓ ਰੇਟ ਪਹਿਲਾਂ ਆ ਗਿਆ ਵੀ ਨਹੀਂ ਪਾ ਸਕਦਾ ਬਾਅਦ 'ਚ ਕਿੱਦਾਂ ਪਈ ਆਪਾਂ ਕਲੀਅਰ ਕਰਾਉਣਾ ਇਹ ਕਿੱਦਾਂ ਪੈ ਰਹੀ ਆ ਰੇਟ ਮੈਨੂੰ ਦੱਸ ਦਿਓ ਬਾਅਦ 'ਚ ਰੌਲਾ ਪੈ ਜਾਂਦਾ ਟੀਮ ਦੀ ਸਹਿਮਤੀ ਦੇ ਨਾਲ ਰੇਟ ਪੈ ਰਹੀ ਹੈ ਹਾਂਜੀ ਟੀਮ ਦੀ ਸਹਿਮਤੀ ਨਾਲ ਆਹ ਦਬੁਰਜੀ ਦਾ ਨੰਬਰ ਮਿਲ ਗਿਆ ਹੁਣ ਸਾਰੇ ਰੌਲੇ ਮੁੱਕ ਗਏ ਚੱਲ ਬਈ ਰਾਊਂਡ ਕਲੀਅਰ ਕਰ ਦਿਓ ਵੀਰ ਜੀ ਨਾ 53,000 53,000 ਦੀ ਇਸ ਵੇਲੇ ਰੇਟ ਹੈ ਆਓ ਸਾਹਮਣੇ ਸ਼ਾਂਕਰ ਸੰਧ ਵਾਲੇ ਵੀ 53,000 ਦੀ ਰੇਡ ਖੇਡ ਮੈਦਾਨ ਦੇ ਵਿੱਚ ਆਓ ਮੁਕਾਬਲਾ ਆਓ ਮੁਕਾਬਲਾ ਚੌੜਾ ਵਾਲਾ ਚੌੜਾ ਵਾਲਾ ਤੀਰਥ 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 ਆਓ ਆਓ ਸਾਰਾ ਵੱਜਦੀਆਂ ਜਹਾਜ ਹੈ 53,000 ਜਿੱਤ ਗਏ ਸ਼ਾਂਕਰ ਮੇਰੇ ਵੀਰੋ ਲੋਕੋ ਦੋਸਤੋ ਇਹ ਮੈਚ ਤੁਸੀਂ ਦੇਖ ਲਿਆ ਮੈਚ ਦੇ ਵਿੱਚ ਉਹੀ ਹੋਇਆ ਜਿਹਦਾ ਆਪਾਂ ਨੂੰ ਲੱਗਦਾ ਸੀ ਕਿ ਹੋ ਸਕਦਾ ਭਗਵਾਨਪੁਰ ਦੀ ਟੀਮ ਜਿਹੜੀ ਹੈ ਉਹ ਹਾਫ ਤੋਂ ਬਾਅਦ ਅੱਗੇ ਨਿਕਲ ਗਈ ਭਗਵਾਨਪੁਰ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ ਭਗਵਾਨਪੁਰ ਦੇ ਰਹੇ ਨੇ 34.5 ਔਰ ਦੂਸਰੇ ਪਾਸੇ BOP ਨਵਾਂ ਸ਼ਹਿਰ ਦੇ ਰਹੇ ਨੇ 28 ਪੁਆਇੰਟ ਤੁਹਾਨੂੰ ਦੱਸੀਏ ਕਿ ਇਸ ਮੈਚ ਦੇ ਵਿੱਚ ਬੈਸਟ ਰੇਡਰ ਜਿਹੜੇ ਨੇ ਉਹ ਦੀਪ ਦਬੁਰਜੀ ਰਹੇ ਨੇ ਔਰ ਬੈਸਟ ਜਿਹੜੇ ਸਟੋਪਰ ਨੇ ਚੱਕੀ ਰਮਦਾਸ ਰਹੇ ਨੇ ਤੁਹਾਨੂੰ ਦੱਸੀਏ ਕਿ ਇਹਨਾਂ ਬੈਸਟ ਰੇਡਰ ਤੇ ਜਾਫੀ ਦੇ ਲਈ 21,000 ਰੁਪਇਆ ਸੀਗਾ ਔਰ ਦੂਸਰੇ ਪਾਸੇ ਜਿੱਤਣ ਵਾਲੀ ਟੀਮ ਮਤਲਬ ਜਿਹੜੀ ਭਗਵਾਨਪੁਰ ਦੀ ਟੀਮ ਨੂੰ 1,00,000 ਦਾ ਇਨਾਮ ਦਿੱਤਾ ਗਿਆ ਔਰ ਦੂਸਰੇ ਨੰਬਰ 'ਤੇ ਰਹਿਣ ਵਾਲੀ ਟੀਮ BOP ਨਿਊਜ਼ ਜਿਹੜਾ ਨਵਾਂ ਸ਼ਹਿਰ ਆ ਉਹਦੇ ਲਈ ਜਿਹੜਾ 75,000 ਰੁਪਏ ਦਾ ਇਨਾਮ ਦਿੱਤਾ ਗਿਆ ਤੁਹਾਨੂੰ ਇਹ ਮੈਚ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ ਇਹੋ ਜਿਹੇ ਬਹੁਤ ਸਾਰੇ ਮੈਚ ਜਿਹੜੇ ਤੁਹਾਡੇ ਤੱਕ ਲੈ ਕੇ ਆਉਣੇ ਨੇ ਇਹ 2 ਮੈਚ ਤੁਸੀਂ ਹੁਣੇ ਹੀ ਦੇਖ ਸਕਦੇ ਹੋ ਸਬਸਕ੍ਰਾਈਬ ਦਾ ਬਟਨ ਇੱਥੇ ਆ ਰਿਹਾ ਲਾਈਕ ਕੀਤਾ ਜਾਂ ਨਹੀਂ ਕੀਤਾ ਕਮੈਂਟ ਦੇ ਵਿੱਚ ਆਪਣੇ ਪਸੰਦੀਦਾ ਖਿਡਾਰੀ ਦਾ ਨਾਮ ਲਿਖਿਆ ਜਾਂ ਨਹੀਂ ਲਿਖਿਆ ਕਰ ਦਿਓ ਕੰਮ ਜੇ ਕੋਈ ਰਹਿੰਦਾ